ਅਸੀਂ ਜਦੋਂ ਗੱਲ ਕਰਦੇ ਆ ਬਸੰਤ ਰਾਗ ਦੀ ਗੱਲ ਕੀਤੀ, ਤੁਸੀਂ ਇਹਦੇ ਵਿੱਚ ਕਮਾਲ ਦੀ ਪੇਸ਼ਕਾਰੀ ਕੀਤੀ। ਕੁਝ ਹੋਰ ਸਾਨੂੰ ਦੱਸਣਾ ਚਾਹੋਗੇ ਤੁਸੀਂ ਇਹਦੇ ਬਾਰੇ ਵਿੱਚ, ਤੇ ਕੁਝ ਹੋਰ ਸਭ ਅਸੀਂ ਸੁਣਨਾ ਵੀ ਚਾਹਾਂਗੇ। ਜਰੂਰ ਜਰੂਰ, ਥੈਂਕ ਯੂ। ਮੈਂ ਤੁਹਾਨੂੰ ਮੁਲਤਾਨੀ ਕਾਫੀ ਸੁਣਾ ਦਿੰਦਾ ਜੀ। ਉਸਤਾਦ ਸਲਾਮਤ ਅਲੀ ਖਾਨ ਸਾਹਿਬ ਨੇ ਉਹਨਾਂ ਨੂੰ ਗਾਈ ਹੈ, ਸਾਵਰ ਮੋਰ ਮਹਾਰਾ ਕਾਫੀ ਫੇਮਸ ਹੈ। ਅੱਛਾ, ਤੱਤੀ ਰੋ ਰੋ ਮੈਂ ਵਾਟ ਨਿਹਾਰਾਂ, ਤੱਤੀ ਰੋ ਰੋ ਵਾਟ ਨਿਹਾਰਾਂ, ਕਦੀ ਸਾਂਵਲ ਮੋੜ ਤੱਤੀ ਰੋ ਮੈਂ ਵਾਟ ਨਿਹਾਰਾਂ, ਕਦੀ ਸਾਂਵਲ ਮੋੜ ਮਾਰਾਂ, ਮਨ 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 ਤਾਂ ਮੈਂ ਪੀਰ ਮਨਾਵਾਂ, ਮਨ ਮਨ ਤਾਂ ਪੀਰ ਮਨਾਵਾਂ, ਮੁਲਾ ਕੋਲੋਂ ਤਾਂ ਫੀਸ ਲਿਖਾਵਾਂ, ਸਜ ਸਜ ਜੋਚ ਫਲਾ ਪਾਵਾਂ, ਸਜ ਸਜ ਜੋਚ ਜੋਛੀ ਮੈਂ ਫਲਾਂ ਪਾਵਾਂ, ਮੈਂ ਕਰਦੀਆਂ ਜਤਨ ਹਜ਼ਾਰਾਂ, ਕਦੀ ਸਾਂਵਲ ਮੋੜ ਤੱਤੀ ਰੋ ਰੋ ਮੈਂ ਵਾਟ ਨਿਹਾਰਾਂ, ਕਦੀ ਸਾਂਵਲ ਮੋੜ ਹੋ ਸਾਂਵਲ ਮੋੜ ਮੁਹਾਰਾ 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 ਮੁਹਾਰਾ, ਤੱਤੀ ਰੋ ਰੋ ਮੈਂ ਬਾਟ ਨਿਹਾਰਾਂ, ਕਦੀ ਸਾਂਵਲ ਮੋੜ ਮੁਹਾਰਾ। ਕਿਆ ਬਾਤ ਹੈ ਜੀ, ਕਮਾਲ ਹੈ, ਕਮਾਲ ਹੈ, ਥੈਂਕ ਯੂ। ਬਹੁਤ ਮਿਹਨਤ ਹੈ ਅਤੇ ਕਿੰਨਾ ਰਿਆਜ਼ ਕਰਨਾ ਪੈਂਦਾ ਜੀ ਰੋਜ਼? ਰਿਆਜ਼ ਤਾਂ ਜੀ ਜਿੰਨਾ ਤੁਸੀਂ ਜ਼ਿਆਦਾ ਕਰੋਗੇ ਓਨਾ ਹੀ ਤਗੜਾ। ਤੁਸੀਂ ਯੰਗ ਹੋ ਤੇ 24 ਸਾਲ ਦੀ ਉਮਰ ਹੈ, ਤੁਹਾਡੇ ਸਾਹਮਣੇ ਪੂਰਾ ਆਸਮਾਨ ਹੈ ਉਡਾਰੀ ਭਰਨ ਲਈ। ਕੀ 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 ਸੋਚਦੇ ਹੋ, ਕੀ ਵਿਚਾਰ ਹੈ ਮਨ ਵਿੱਚ, ਕੋਈ ਆਈਡੀਆ, ਕੋਈ ਟੀਚਾ ਰੱਖਿਆ ਹੋਏਗਾ? ਜੀ ਬਿਲਕੁਲ, ਟੀਚਾ ਤਾਂ ਇੱਕ ਤਾਂ ਹੈਗਾ, ਮੈਨੂੰ ਕਾਫੀ ਲੋਕ ਕਹਿ ਰਹੇ ਕਿਉਂਕਿ ਲਾਈਟ ਜੋ ਕਲਾਸੀਕਲ ਗਾ ਸਕਦਾ ਲਾਈਟ ਕੁਛ ਖਾਸ ਉਹਨਾਂ ਦੀ ਕਰਨੀ ਹੈ। ਸੋ ਮੈਨੂੰ ਕਾਫੀ ਲੋਕਾਂ ਨੇ ਕਿਹਾ ਤੁਸੀਂ ਲਾਈਟ ਵਿੱਚ ਵੀ ਜ਼ਰੂਰ ਪ੍ਰੈਜੈਂਟ ਕਰਿਆ ਕਰੋ ਜੀ, ਜਾਂ ਕੋਈ ਗਜ਼ਲ ਜਾਂ ਕੋਈ ਗੀਤ। ਮੈਂ ਗਾਉਣਾ ਲੇਕਿਨ ਉਹ ਐਜ਼ ਏ ਮੀਡੀਆ ਦੇ ਮੂਹਰੇ ਨਹੀਂ ਮੈਂ ਲਿਆਉਂਦਾ ਹੁਣ ਉਸ ਚੀਜ਼ ਨੂੰ, ਕਿਉਂਕਿ ਨਹੀਂ ਜਿਸ ਚੀਜ਼ ਨੂੰ ਮੈਂ ਲਿਆਉਣਾ ਚਾਹੁੰਦਾ ਉਹ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ, ਕਲਾਸੀਕਲ ਮਿਊਜ਼ਿਕ ਨੂੰ ਹੀ ਪ੍ਰੈਜੈਂਟ ਕਰਾਂਗਾ। ਇਹ ਮੇਰਾ ਟੀਚਾ ਹੈ, ਸਾਰੀ ਉਮਰ ਕਲਾਸੀਕਲ ਮਿਊਜ਼ਿਕ ਨੂੰ ਦੇਵਾਂ, ਕਿਉਂਕਿ ਲਾਈਟ ਨੂੰ ਦੇਣ ਵਾਲੇ ਹੋਰ ਬਾਕੀ ਬਹੁਤ ਨੇ, ਕਲਾਸੀਕਲ ਨੂੰ ਕਲਾਸੀਕਲ ਦੀ ਸੇਵਾ ਕਰਨ ਵਾਲੇ ਲੋਕ ਬਹੁਤ ਘੱਟ ਨੇ। ਸੋ ਉਹਨਾਂ ਵਿੱਚ ਮੈਂ ਉਹਨਾਂ ਵਿੱਚ ਆਪ ਵਿੱਚ ਵੜ ਕੇ ਉਹਨਾਂ ਦੀ ਜੋ ਤਾਦਾਦ ਵਿੱਚ ਵਾਧਾ ਕਰਨਾ ਚਾਹਾਂਗਾ। ਲਾਈਟ ਲਈ ਤਾਂ ਸਾਰੀ ਦੁਨੀਆ ਪਈ ਆ, ਗਾਈ ਜਾ ਰਹੀ ਹੈ। ਸਾਡੇ ਬੜਾ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੇ ਨਾਲ ਸਤਨਿੰਦਰ ਜੀ, ਤੁਸੀਂ ਸ਼ਾਮਿਲ ਹੋਏ ਹੋ ਸਾਡੇ ਰੇਡੀਓ ਫਰਮ ਦੀ ਸੂਚੀ ਟੀਮ ਵੱਲੋਂ, ਸਾਡੀ ਮੈਨੇਜਮੈਂਟ ਵੱਲੋਂ, ਸੁਣਨ ਵਾਲਿਆਂ ਵੱਲੋਂ, ਤੁਹਾਨੂੰ ਤੁਸੀਂ ਬਹੁਤ ਜਵਾਨ ਹੋ ਔਰ ਇਸ ਫੀਲਡ ਵਿੱਚ ਕਦਮ ਰੱਖਿਆ ਹੈ ਔਰ ਤੁਸੀਂ ਬਹੁਤ ਸਕਸੈਸਫੁਲੀ ਅੱਗੇ ਵੱਧ ਰਹੇ ਹੋ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੁਹਾਨੂੰ ਬਹੁਤ ਮੁਬਾਰਕ। ਅਤੇ ਹਰਜੀਤ ਜੀ, ਅਖੀਰ ਵਿੱਚ ਸਾਨੂੰ ਤੁਹਾਡਾ ਟੈਲੀਫੋਨ ਨੰਬਰ ਚਾਹੀਦਾ ਅਤੇ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਐਡ ਕਰਨਾ ਚਾਹੁੰਦੇ ਹੋ ਉਹ ਸਾਨੂੰ ਦੱਸੋ। ਹਾਂਜੀ, ਫੋਨ ਨੰਬਰ ਹੈ ਜੀ 403-701-1760 ਜੀ। ਅਤੇ ਉਸਦੇ ਨਾਲ ਬਸ ਇੰਨਾ ਹੀ ਬੇਨਤੀ ਹੈ, ਰਿਕੁਐਸਟ ਹੈ ਕਿ ਜੇ ਇਹ ਬੱਚੇ ਅੱਜ ਯੰਗ ਬੱਚੇ ਸਾਰੇ ਜਿੰਨੇ ਵੀ ਆਰਟਿਸਟ ਆ ਰਹੇ ਨੇ ਸਾਰੇ ਯੰਗ ਬੱਚੇ ਨੇ, ਅਤੇ ਇਹਨਾਂ ਨੂੰ ਅੱਗੇ ਲਿਜਾਣ ਦੇ ਵਿੱਚ ਸਾਡਾ ਸਾਰੇ ਮੀਡੀਆ ਦਾ ਰੋਲ, ਅਤੇ ਸਾਨੂੰ ਜਿਹੜੇ ਉੱਥੇ ਸੁਣਨ ਆਉਣਗੇ ਲੋਕ
ਉਹਨਾਂ ਦਾ ਬਹੁਤ ਵੱਡਾ ਸਾਥ ਚਾਹੀਦਾ ਜੇਕਰ ਅਸੀਂ ਇਹਨੂੰ ਬਚਾ ਕੇ ਰੱਖਣਾ ਤਾਂ ਸਾਨੂੰ ਉੱਥੇ ਸੁਣਨਾ ਵੀ ਪੈਣਾ ਹੈ ਸਾਨੂੰ ਜਾਣਾ ਵੀ ਪੈਣਾ ਸਾਨੂੰ ਟਿਕਟਾਂ ਵੀ ਖਰੀਦੀਆਂ ਪੈਣੀਆਂ ਇਸ ਕਰਕੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਇਹੋ ਜਿਹੇ ਜਦੋਂ ਪ੍ਰੋਗਰਾਮ ਹੁੰਦੇ ਨੇ ਪਲੀਜ਼ ਇਹਨਾਂ ਨੂੰ ਥੋੜ੍ਹਾ ਜਿਹਾ ਹੋਰ ਵਾਧਾ ਕਰੋ ਇਹਦੀ ਗਿਣਤੀ ਦੇ ਵਿੱਚ ਤਾਂ ਕਿ ਅਸੀਂ ਕਹਿ ਸਕੀਏ ਬੜੇ ਮਾਣ ਨਾਲ ਅੱਜ ਜਦੋਂ ਵੀ ਕਦੇ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਉੱਥੇ ਹਰ ਨਿਊਜ਼ 'ਚ ਇਹ ਜ਼ਰੂਰ ਆ ਰਿਹਾ ਕਿ ਪੰਜਾਬ ਨੂੰ ਨਸ਼ੇ ਖਾ ਗਏ ਪਰ ਉਹ ਨਸ਼ੇ ਕਿਉਂ ਖਾ ਗਏ ਜੇਕਰ ਅਸੀਂ ਆਪਦੀ ਯੰਗ ਪੀੜ੍ਹੀ ਜਿਹੜੀ ਇੱਧਰ ਨੂੰ ਤੁਰੀ ਹੈ ਉਹਦਾ ਜੇ ਅਸੀਂ ਸਾਥ ਦੇਵਾਂਗੇ ਉਹਨੂੰ ਅੱਗੇ ਲਿਜਾਵਾਂਗੇ ਤਾਂ ਅਸੀਂ ਕੱਲ੍ਹ ਨੂੰ ਇਹ ਵੀ ਬੜੇ ਮਾਣ ਨਾਲ ਕਹਾਂਗੇ ਕਿ ਸਾਡੇ ਬੱਚੇ ਕਲਾਸੀਕਲ ਮਿਊਜ਼ਿਕ ਦੀ ਸੇਵਾ ਵਾਸਤੇ ਵੀ ਬਹੁਤ ਨੇ ਨਸ਼ੇ ਕਰਨ ਵਾਲੇ ਨਹੀਂ ਸਾਡੇ ਸੇਵਾ ਕਰਨ ਵਾਲੇ ਵੀ ਬਹੁਤ ਨੇ ਬਹੁਤ ਵਧੀਆ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਸਟੂਡੀਓ 'ਚ ਤੁਸੀਂ ਆਏ ਹੋ ਸਾਨੂੰ ਜਾਣਕਾਰੀ ਦਿੱਤੀ ਹੈ ਸਾਡੇ ਨਾਲ ਸਤਮਿੰਦਰ ਜੀ ਨਾਲ ਮੁਲਾਕਾਤ ਸਾਡੀ ਕਰਵਾਈ ਹੈ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਨਾਗਰ ਸਾਹਿਬ ਸਮੁੱਚੀ ਟੀਮ ਦਾ ਰੈਡ ਐਫ ਐਮ ਦਾ ਤੇ ਕੱਲ ਨੂੰ ਤੁਹਾਡੇ ਦਰਸ਼ਨ ਕਰਦੇ ਜੀ ਬਹੁਤ ਮਿਹਰਬਾਨੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਤੁਹਾਡਾ